ਮੇਰਾ ਨਾਮ ਰਮਨਜੋਤ ਕੌਰ ਹੈ। ਮੈਂ ਮੰਡੀ ਮੰਦਗੜ੍ਹ ਦੀ ਰਹਿਣ ਵਾਲੀ ਹਾਂ ਅਤੇ ਮੇਰਾ ਓਪਰੇਸ਼ਨ ਜੋਗਿੰਦਰਾ ਕੈਂਪ ਦੇ ਵਿੱਚ ਹੋਇਆ, ਰਾਣਾ ਹੋਸਪਿਟਲ ਦੇ ਵਿੱਚ। ਅਤੇ ਓਪਰੇਸ਼ਨ ਠੀਕ ਠਾਕ ਹੋਇਆ, ਮੈਂ ਸਹੀ ਸਲਾਮਤ ਘਰ ਜਾ ਰਹੀ ਹਾਂ। ਅਤੇ ਇੱਥੇ ਦਾ ਸਟਾਫ ਡਾਕਟਰ ਸਭ ਬਹੁਤ ਸੰਦੀਪ ਕੌਰ ਹੈ ਜੀ। ਮੈਂ ਖਰੌੜੀ ਦੀ ਪਿੰਡ ਖਰੌੜੀ ਦੀ ਰਹਿਣ ਵਾਲੀ ਹਾਂ। ਮੈਨੂੰ 5-6 ਸਾਲ ਤੋਂ ਬਾਬਾ ਸਿਰ ਦੀ ਦਿੱਕਤ ਸੀਗੀ। ਮੈਨੂੰ ਪਤਾ ਲੱਗਿਆ ਗੋਬਿੰਦਗੜ੍ਹ ਦੇ ਵਿੱਚ ਜੋਗਿੰਦਰਾ ਕੈਂਪ ਲੱਗ ਰਿਹਾ ਸੀਗਾ। ਮੈਂ ਉੱਥੇ ਗਈ, ਉੱਥੇ ਚੈੱਕਅਪ ਕਰਵਾਇਆ। ਚੈੱਕਅਪ ਤੋਂ ਬਾਅਦ ਮੈਨੂੰ ਉਹਨਾਂ ਨੇ ਰਾਣਾ ਹੋਸਪਿਟਲ ਭੇਜਿਆ ਸਰਹੰਦ ਵਿਖੇ। ਮੇਰਾ ਓਪਰੇਸ਼ਨ ਇੱਥੇ ਬਿਲਕੁਲ ਫ੍ਰੀ ਹੋਇਆ ਅਤੇ ਮੈਂ ਠੀਕ ਹੋ ਗਏ ਘਰ ਜਾ ਰਹੀ। ਧੰਨਵਾਦ ਕਰਦੀ ਹਾਂ ਰਾਣਾ ਹੋਸਪਿਟਲ ਅਤੇ ਜੋਗਿੰਦਰਾ ਕੈਂਪ ਵਾਲਿਆਂ ਦਾ। ਮੇਰਾ ਨਾਮ ਸੋਨੀਆ ਹੈ, ਮੈਂ ਸਰਹੰਦ ਸ਼ਹਿਰ ਦੀ ਰਹਿਣ ਵਾਲੀ ਹਾਂ। ਮੈਨੂੰ 1 ਸਾਲ ਤੋਂ ਪਿੱਤੇ ਦੀ ਪੱਥਰੀ ਦੀ ਪ੍ਰੋਬਲਮ ਸੀ। ਗੋਬਿੰਦਗੜ੍ਹ ਦੇ ਵਿੱਚ ਜੋਗਿੰਦਰਾ ਕੈਂਪ ਲੱਗ ਰਿਹਾ ਹੈ, ਉਹਨਾਂ ਨੇ ਰਾਣਾ ਹੋਸਪਿਟਲ ਦੇ ਵਿੱਚ ਭੇਜਿਆ। ਮੇਰਾ ਇੱਥੇ ਸਟਾਫ ਨੇ ਬਹੁਤ ਅੱਛੀ ਤਰ੍ਹਾਂ ਧਿਆਨ ਰੱਖਿਆ। ਮੈਂ ਧੰਨਵਾਦ ਕਰਦੀ ਹਾਂ ਜੋਗਿੰਦਰਾ ਕੈਂਪ ਵਾਲਿਆਂ ਦਾ ਔਰ ਰਾਣਾ ਹੋਸਪਿਟਲ ਦਾ। ਮੇਰਾ ਇੱਥੇ ਓਪਰੇਸ਼ਨ ਬਿਲਕੁਲ ਫ੍ਰੀ ਹੋ ਗਿਆ, ਹੁਣ ਮੈਂ ਠੀਕ ਠਾਕ ਹਾਂ, ਆਪਣੇ ਘਰ ਜਾ ਰਹੀ ਹਾਂ।